ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਮੈਂ ਮਹਿਸੂਸ ਕਰ ਸ਼ਰਮਿੰਦਗੀ ਮੈਂ ਮਹਿਸੂਸ ਕਰ ਸ਼ਰਮਿੰਦਗੀ ਮੈਂ ਮਹਿਸੂਸ ਕਰਦਾ ਵੀ ਇਹ ਕਾਰਨ ਕਿਉਂ ਬਣੇ। ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ SIT ਮੂਰੇ ਬਿਆਨ ਦਰਜ ਕਰਵਾਉਣੇ ਪੈ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਵੀਰ ਬਾਦਲ ਮਹਿਸੂਸ ਕਰਨ ਜਾਂ ਨਾ ਕਰਨ, ਪਰ ਮੈਨੂੰ ਤਾਂ ਸ਼ਰਮ ਆ ਰਹੀ ਹੈ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ। ਵੀ ਐਡੇ ਸੀਨੀਅਰ ਲੀਡਰ, ਦੇਖੋ ਕੋਈ ਸਾਡੇ ਰਾਜਨੀਤਿਕ ਵਿਰੋਧ ਹੈਗੇ ਅਕਾਲੀਆਂ ਨਾਲ, ਬਾਦਲ ਸਾਹਿਬ ਨਾਲ ਸਾਡੇ ਰਾਜਨੀਤਿਕ ਵਿਰੋਧ ਹੈ, ਪਰ ਇਸ ਗੱਲ ਨੂੰ ਕੋਈ ਨਹੀਂ ਝੁਟਲਾ ਸਕਦਾ ਵੀ ਬਾਦਲ ਸਾਹਿਬ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ। 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਏ ਸ਼ਖਸ ਨੂੰ ਪੁਲਿਸ ਦੇ ਸਾਹਮਣੇ ਜਾ ਕੇ ਬਿਆਨ ਦਰਜ ਕਰਾਉਣੇ ਪੈਣ, ਸੁਖਵੀਰ ਬਾਦਲ ਮਹਿਸੂਸ ਕਰੇ ਨਾ ਕਰੇ, ਬਾਦਲ ਸਾਹਿਬ ਮਹਿਸੂਸ ਕਰਨ ਨਾ ਕਰਨ, ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਮੈਂ ਮਹਿਸੂਸ ਕਰਦਾ ਵੀ ਇਹ ਕਾਰਨ ਕਿਉਂ ਬਣੇ। ਜਾਖੜ ਨੇ ਕਿਹਾ ਕਿ ਸੁਖਵੀਰ ਬਾਦਲ ਦਾ ਅਹੰਕਾਰ ਦਾ ਖਮਿਆਜਾ ਅੱਜ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ। ਆਹ ਕਾਰਨ ਇਸ ਕਰਕੇ ਬਣੇ ਵੀ ਸੁਖਵੀਰ ਬਾਦਲ ਦਾ ਜਿਹੜਾ ਅਹੰਕਾਰ ਹੈ, ਅਦਰਵਾਈਜ਼ ਬਾਦਲ ਸਾਹਿਬ ਨੇ ਜਿਹੜੀ ਗੱਲ ਰੱਖਣੀ ਸੀ ਅੱਜ ADGP ਜਾਂ ਕੁੰਵਰ ਵਿਜੇ ਪ੍ਰਤਾਪ ਦੇ ਸਾਹਮਣੇ ਰੱਖਣ ਦੀ ਨੌਤ, ਉਹਨਾਂ ਨੂੰ ਤਾਂ ਚਾਹੀਦਾ ਸੀ ਵਿਧਾਨ ਸਭਾ ਦੇ ਫਲੋਰ 'ਤੇ ਜਾ ਕੇ ਜਵਾਬ ਦਿੰਦੇ। ਜੇ ਉਹਨਾਂ ਨੇ ਉਸ ਦਿਨ ਅਹੰਕਾਰ ਨਾ ਦਿਖਾਇਆ ਹੁੰਦਾ, ਜੇ ਉਸ ਦਿਨ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਪਾੜ ਕੇ ਸਿੱਟ ਰਹੇ ਸੀਗੇ, 5 ਰੁਪਈਆਂ 'ਚ ਰੱਦੀ 'ਚ ਵੇਚ ਰਹੇ ਸੀਗੇ ਸੁਖਵੀਰ ਬਾਦਲ ਅਤੇ ਇਹਨਾਂ ਦੇ ਸਾਰੇ ਸਾਥੀ, ਅੱਜ ਉਸੇ ਇਸ ਰਿਪੋਰਟ ਦੇ ਤਹਿਤ ਬਣੀ ਹੋਈ SIT ਦੇ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਾਉਣਾ, ਤਾਂ ਮੈਂ ਸਮਝਦਾ ਵੀ ਆਪਣੀ ਪਹਿਲਾਂ ਵੀ ਆ ਜੋ ਕੁਛ ਹੋ ਰਿਹਾ ਆਪਣੀ ਗਲਤੀਆਂ ਦਾ ਖਾਮਿਆਜ਼ਾ ਭੁਗਤ ਰਹੇ, ਜੋ ਇਹਨਾਂ ਨੇ ਕੰਮ ਕੀਤੇ ਹੈ ਜਿਹਦੇ ਚੱਲਦੇ ਹੋਏ ਨਾ ਸਿਰਫ ਧਰਮ ਦਾ ਕਾਂਡ ਕੀਤਾ, ਇਹਨਾਂ ਨੇ ਸਿੱਖੀ ਦਾ ਕਾਂਡ ਕੀਤਾ, ਨਿਰਦੋਸ਼ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੇ ਆਦੇਸ਼ ਜਿਹੜੇ ਦਿੱਤੇ ਹੈ, ਉਹਨਾਂ ਦਾ ਖਾਮਿਆਜ਼ਾ ਬਾਦਲ ਸਾਹਿਬ ਭੁਗਤ। ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਹੁਣ ਅਕਾਲੀ ਦਲ ਦੇ ਚਹੀਤੇ ਆਫਿਸਰ ਜਾਂਚ ਕਰਨਗੇ। ਜਾਖੜ ਨੇ ਕਿਹਾ ਕਿ ਪ੍ਰਮੋਦ ਕੁਮਾਰ ਅਤੇ ਕੁੰਵਰ ਵਿਜੇ ਪ੍ਰਤਾਪ ਦੋਵੇਂ ਬਿਹਤਰ ਆਫਿਸਰ ਹਨ। ਹੁਣ ਆਹ ਦੂਜਾ ਵਾਕਿਆ ਹੋ ਰਿਹਾ ਵੀ ਬਾਦਲ ਸਾਹਿਬ ਜਿਹਨਾਂ 'ਤੇ ਇਲਜ਼ਾਮ, ਉਹ ਕਹਿ ਰਹੇ ਵੀ ਮੈਂ ਚੂਜ਼ ਕਰੂੰਗਾ ਵੀ ਮੇਰਾ ਇਨਵੈਸਟੀਗੇਸ਼ਨ ਅਫਸਰ ਕੌਣ ਹੋਊਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਔਰ ਪ੍ਰਮੋਦ ਕੁਮਾਰ ਦੇ ਆਰ ਆਲ ਆਊਟਸਟੈਂਡਿੰਗ ਆਫਿਸਰਸ, ਸੱਚਾਈ ਸਾਹਮਣੇ ਆਊਗੀ, ਇਹਨਾਂ ਗੱਲਾਂ 'ਚ ਹੁਣ ਭੱਜ ਨਹੀਂ ਸਕਦੇ ਅਕਾਲੀ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।